स्टूडेंट्स, वेलकम टू माय चैनल तारा जी। आज आप नेक्स्ट सेशन करन लगे हैं जो कि बहुत ही ज़्यादा इंटरेस्टिंग है एंड बहुत ही ज़्यादा इंपॉर्टेंट भी है। साढ़े जो अज का सैशन है राजे, उसका नाम है प्रोनंसिएशन बेसिक्स। तो आज के सैशन के असी प्रोनंसिएशन बारे पढ़ांगे क्योंकि ये भी साढ़े लिए बहुत ही ज़्यादा जरूरी है। राजे, सैशन नूं स्टार्ट करन तो पहला मैं यही कहांगी कि अगर तुसीं चैनल ते नवें आए हो तो चैनल नूं सबसक्राइब करो ताकि तुसीं आने वाली वीडियोज़ दे नोटिफिकेशन भी देख सको। तो राजे, सैशन नूं आपां स्टार्ट करदे हां जिसका नाम है प्रोनंसिएशन बेसिक्स। तो राजे, प्रोनंसिएशन की होंदिया ने, जदों भी असीं किसी वर्ड नूं करैक्टली बोलना हुंदा है जां करैक्टली असीं उस नूं प्रोनाउन करना हुंदा है, उस नूं असीं की कहने आ, प्रोनंसिएशन कहने आ। क्योंकि अगर असीं किसी दे नाल गल करदे आ, अगर असीं किसी शब्द नूं सही तरीके नाल नहीं बोलदे तां जो दूसरा परसन है वह उस नूं अंडरस्टैंड नहीं कर सकदा। तां जदों भी राजे आपां किसी दे नाल गलबात करनी है तां साडी प्रोनंसिएशन भी सही होनी चाहीदी है। तां अज दे सैशन दे विच असीं कॉमन साउंड्स दे बारे गल करांगे जदों भी असीं किसी दे नाल इंग्लिश दे विच गल करनी है। तां राजे, इस दी इक तुहाडे कोल साइड दे विच एग्जाम्पल आ रही है कि जदों भी असीं किसी शब्द नूं सही तरीके नाल नहीं बोलदे तां की हुंदा है। ਜਿਵੇਂ ਕੋਈ ਸਟੂਡੈਂਟ ਹੈ ਕਿਸੇ ਕੁੜੀ ਤੋਂ ਪੁੱਛ ਰਿਹਾ ਹੈ, ਹਾਓ ਫਾਰ ਇਜ਼ ਦਾ ਸਟੇਸ਼ਨ, ਤਾਂ ਕੁੜੀ ਕਹਿ ਰਹੀ ਹੈ ਵੋਟ, ਤਾਂ ਦਾ ਸਟੇਸ਼ਨ ਦਾ ਪਲੇਸ ਵੇਅਰ ਫਰੋਮ ਵੇਅਰ ਵੀ ਗੈਟ ਆ ਟ੍ਰੇਨ, ਓ ਦਾ ਸਟੇਸ਼ਨ ਇਜ਼ ਜਸਟ 5 ਮਿੰਟਸ ਅਵੇ, ਕੀਪ ਵਾਕਿੰਗ ਸਟ੍ਰੇਟ ਐਂਡ ਯੂ ਵਿਲ ਫਾਈਂਡ ਇਟ। ਤਾਂ ਉਹ ਲੜਕੇ ਨੇ ਫਸਟਲੀ ਸਟੇਸ਼ਨ ਨੂੰ ਕਿਵੇਂ ਪ੍ਰੋਨਾਊਨ ਕੀਤਾ ਸੀ, ਸਟੇਸ਼ਨ। ਤਾਂ ਸਟੇਸ਼ਨ ਜਦੋਂ ਉਸਨੇ ਕਿਹਾ ਤਾਂ ਉਸਨੂੰ ਸਮਝ ਨਹੀਂ ਆਏ ਜਿਸਦਾ ਸਹੀ ਮੀਨਿੰਗ ਜਾਂ ਸਹੀ ਪ੍ਰੋਨਾਸੀਏਸ਼ਨ ਕੀ ਸੀ, ਸਟੇਸ਼ਨ। ਓਕੇ, ਤਾਂ ਇਸ ਤਰ੍ਹਾਂ ਨਾਲ ਕੀ ਹੁੰਦਾ ਹੈ ਕਿ ਕਈ ਵਾਰ ਜਦੋਂ ਅਸੀਂ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਜੋ ਅਸੀਂ ਉਸਨੂੰ ਸਮਝਾਉਣਾ ਚਾਹੁੰਦੇ ਹਾਂ ਉਸਦਾ ਸਾਊਂਡ ਅਸੀਂ ਸਹੀ ਨਹੀਂ ਬੋਲ ਪਾਉਂਦੇ ਤਾਂ ਕਮਿਊਨੀਕੇਸ਼ਨ ਦੇ ਵਿੱਚ ਐਰਰ ਆ ਜਾਂਦੀ ਹੈ। ਤਾਂ ਅੱਜ ਦੀ ਇਸ ਕਲਾਸ ਦੇ ਵਿੱਚ ਅਸੀਂ ਇਹੀ ਸਿੱਖਾਂਗੇ ਕਿ ਅਸੀਂ ਜੋ ਵੀ ਵਰਡਸ ਨੇ ਉਹਨਾਂ ਨੂੰ ਕਿਵੇਂ ਕਰੈਕਟਲੀ ਬੋਲਣਾ ਹੈ। ਤਾਂ ਰਾਜੇ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਪੀਕਿੰਗ ਕਰੈਕਟਲੀ। ਠੀਕ ਹੈ, ਸਪੀਕਿੰਗ ਕਰੈਕਟਲੀ ਦੇ ਵਿੱਚ ਕੀ ਹੈ ਕਿ ਅਸੀਂ ਕਿਵੇਂ ਕਿਸ ਤਰੀਕੇ ਨਾਲ ਸਹੀ ਬੋਲਣਾ ਹੈ। ਜਿਵੇਂ ਕਿ ਤੁਸੀਂ ਉਰੇ ਇੱਕ ਟੇਬਲ ਦੇਖ ਰਹੇ ਹੋ, ਇਹ ਇੱਕ ਛੋਟੀ ਜਿਹੀ ਐਕਟੀਵਿਟੀ ਹੈ, ਤਾਂ ਤੁਸੀਂ ਇਸ ਵਰਡਸ ਨੂੰ ਪ੍ਰੋਨਾਊਨ ਕਰਕੇ ਦੇਖਣਾ ਹੈ ਆਪਣੇ ਫਰੈਂਡਸ ਦੇ ਕੋਲ ਅਤੇ ਜਾਂ ਆਪਣੇ ਟੀਚਰਸ ਦੇ ਸਾਹਮਣੇ, ਅਤੇ ਉਹਨਾਂ ਨੂੰ ਪੁੱਛਣਾ ਹੈ ਕਿ ਤੁਸੀਂ ਕੀ ਸਹੀ ਬੋਲ ਰਹੇ ਹੋ। ਜਿਵੇਂ ਮੈਂ ਤੁਹਾਡੇ ਉਰੇ ਕਨਵੀਨੀਅੰਸ ਦੇ ਲਈ ਲਿਖਿਆ ਹੈ ਕਿ ਉਹ ਆਪਣਾ ਫਸਟ ਵਰਡ ਹੈ ਯੂਅਰ, ਤਾਂ ਆਪਾਂ ਸਾਰੇ ਇਸਨੂੰ ਯੂਅਰ ਬੋਲਦੇ ਹਾਂ, ਬਟ ਇਸ ਨੂੰ ਅਸੀਂ ਐਕਚੁਅਲ ਦੇ ਵਿੱਚ ਕੀ ਬੋਲਦੇ ਹਾਂ, ਯੋ, ਕੀ ਬੋਲਦੇ ਹਾਂ, ਯੋ। ਤਾਂ ਆਪਾਂ ਇੱਕ ਵਾਰ ਦੇਖਦੇ ਵੀ ਹਾਂ ਇਸਨੂੰ ਪਲੇ ਕਰਕੇ, ਯੋ 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 ਯੋ। ਤਾਂ ਤੁਸੀਂ ਦੇਖਦੇ ਹੋ ਕਿ ਇਸਨੂੰ ਅਸੀਂ ਕੀ ਕਹਿੰਦੇ ਹਾਂ, ਯੋ। ਉਸੇ ਤਰ੍ਹਾਂ ਅਸੀਂ ਵਰਲਡ ਨੂੰ ਕੀ ਬੋਲਦੇ ਹਾਂ, ਵਰਲਡ ਵਰਲਡ ਵਰਲਡ। ਓਕੇ, ਤਾਂ ਉਸੇ ਤਰ੍ਹਾਂ ਚੇਅਰ ਆਪਾਂ ਬੋਲਦੇ ਹਾਂ ਚੇਅਰ, ਬਟ ਐਗਜੈਕਟ ਕੀ ਪ੍ਰੋਨਾਸੀਏਸ਼ਨ ਹੈ, ਚੈ ਚੈ, ਕੀ ਹੈ, ਚੈ ਚੈ। ਓਕੇ, ਉਸੇ ਤਰ੍ਹਾਂ ਵੀਅਰ ਦੀ ਕੀ ਹੈ, ਵੈ ਵੈ। ਓਕੇ, ਵੈ ਵੈ। ਤਾਂ ਇਸ ਤਰੀਕੇ ਦੇ ਨਾਲ ਅਸੀਂ ਕੀ ਹੈ ਵਰਡਸ ਨੂੰ ਪ੍ਰੋਨਾਊਨ ਕਰਨਾ ਹੈ। ਤਾਂ ਤੁਸੀਂ ਦੇਖਿਆ ਹੈ ਕਿ ਉਰੇ ਸਾਡੇ ਕੋਲ ਡਿਫਰੈਂਟ ਸਪੈਲਿੰਗ ਵਾਲੇ ਵਰਡ ਸੀ, ਬਟ ਉਹਨਾਂ ਦੇ ਸਾਊਂਡ ਇੱਕੋ ਜਿਹੇ ਹੀ ਲੱਗ ਰਹੇ ਨੇ। ਉਸ ਦੇ ਉਲਟ ਅਗਰ ਅਸੀਂ ਨਿਚਲੇ ਟੇਬਲ ਦੀ ਗੱਲ ਕਰੀਏ ਜਿਸ ਦੇ ਵਿੱਚ ਸਨ ਸਨ, ਤਾਂ ਦੋਨੋਂ ਸਨ ਨੇ, ਉਹਨਾਂ ਦੋਨਾਂ ਦਾ ਮੀਨਿੰਗ ਅਲੱਗ ਹੈ, ਬਟ ਇਹਨਾਂ ਦਾ ਸਾਊਂਡ ਕੀ ਹੈ, ਸੇਮ ਹੈ। ਜਿਵੇਂ ਸਨ ਸਨ, ਸੇਲ ਸੇਲ, ਟੇਲ ਟੇਲ। ਓਕੇ, ਤਾਂ ਇਸ ਤਰੀਕੇ ਦੇ ਨਾਲ ਕੀ ਹੁੰਦੇ ਨੇ ਸਾਊਂਡਸ ਹੁੰਦੇ ਨੇ, ਜਿਹਨਾਂ ਕਈ ਵਾਰ ਕੀ ਹੁੰਦਾ ਜਿਨ੍ਹਾਂ ਦੇ ਜੋ ਸਪੈਲਿੰਗਸ ਹੁੰਦੇ ਨੇ ਡਿਫਰੈਂਟ ਹੁੰਦੇ ਨੇ, ਬਟ ਸਾਊਂਡ ਕੀ ਹੁੰਦੇ ਨੇ, ਸਿਮਲਰ ਹੁੰਦੇ ਨੇ। ਤਾਂ ਇਸ ਤਰੀਕੇ ਦੇ ਨਾਲ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਫੋਨੈਟਿਕਸ ਦੀ। ਤਾਂ ਫੋਨੈਟਿਕਸ ਕੀ ਹੁੰਦੇ ਨੇ? ਤਾਂ ਰਾਜੇ, ਜੋ ਫੋਨੈਟਿਕਸ ਹੁੰਦੇ ਨੇ ਇਹ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਸਾਡੀ ਪ੍ਰੋਨੰਸੀਏਸ਼ਨ ਦੇ ਵਿੱਚ। ਜਦੋਂ ਵੀ ਅਸੀਂ ਕੋਈ ਵੀ ਸ਼ਬਦ ਬੋਲਦੇ ਹਾਂ ਤਾਂ ਉਹ ਕਿਸਦਾ ਬਣਿਆ ਹੁੰਦਾ ਹੈ, ਸਾਊਂਡਸ ਦਾ ਬਣਿਆ ਹੁੰਦਾ ਹੈ।
किसी ना किसी शब्द दे विच की हुंदे आ एक जां एक तों वध साडे कोल साउंड्स हुंदे ने जिस दे नाल की हुंदा है असीं इन्हां नूं इकट्ठे ही प्रोनाउंस करदे आ। ठीक है, तां फोनैटिक की हुंदी है, एक स्टडी हुंदी है साउंड्स की। ठीक है, अगर असीं अलग तों कोर्स करिए फोनैटिक्स दा तां इस दे विच असीं साउंड्स की स्टडी करदे हाँ कि असीं एक शब्द नूं कीवें बोलना है। फॉर एग्जाम्पल साडे कोल एक इत्थे शब्द है डॉग, की शब्द है डॉग, जिहड़ा कि थ्री साउंड्स तों बनिया होया है। तां थ्री साउंड्स कहड़े ने, डी ओ जी दे विच ने। तां अगर असीं इसनूं बोलदे हाँ डी ओ जी, तां असीं हिंदी दे विच वी देख सकदे डी ओ जी, तां डॉग इस तों की बनिया है डॉग। ओके, उसी तरह तां ड ओ ग, तां इस साडे कोल की हो गए थ्री साउंड्स हो गए। उसी तरह अगर असीं कैट की गल करते तां कैट च की है, कै ट सी ए टी, क फिर ऐ फिर ट कैट। ओके, तां इस तरीके दे नाल साडे कोल तीन वर्ड्स तों की बनिया है कैट। तां राजे जो साडी इंग्लिश हुंदी है उस दे विच आपां सारयां नूं पता है कि 26 लैटर्स हुंदे ने, बट जो साउंड्स हुंदे ने ओह 26 तों भी ज़्यादा असीं अपनी इंग्लिश दे विच बोलदे हाँ। ठीक है, तां जिवें राजे तुसीं एक टेबल देख रहे हो जिस दे विच असीं गल कर रहे हैं डिफरेंट साउंड्स ऑफ लैटर ए, जो साडा लैटर ए है उसदे भी डिफरेंट डिफरेंट साउंड्स ने। अगर असीं प्रोनंसिएशन ऑफ द ए दी गल करिए तां ए दे विच केड़े केड़े आ गए, जिवें सी ए टी, कैट, एप्पल एंड बैक। ओके, तां ये सारे साउंड कादा कर रहे ने, ए दा कर रहे ने। तुसीं हिंदी दे विच भी देख सकते हो कि कैट, एप्पल, बैक। उसी तरह अगर असीं आ दी गल करिए, आ जिवें आपां हिंदी दे विच भी साउंड्स पढ़े ने ना, छो अ आ ई ऊ, उसी तरह इंग्लिश दे विच भी साउंड्स हुंदे ने। तां जिवें असीं आ नूं प्रोनाउन करना है तां असीं जिवें कार, फास्ट, पाक, तां इस तरीके नाल असीं आ दी प्रोनाउंसिएशन लेके आ रहे हां। उसी तरह अगर असीं ओ दी गल करिए तां इस दे विच आ गया कॉल, बॉल, सौ। ओके, तां इस तरीके नाल असीं की करदे हां एक जो डिफरेंट डिफरेंट साडे कोल लैटर्स ने उन्हां दी प्रोनाउंसिएशन दी असीं गल करदे हां। उस तों बाद आपां गल करांगे टाइप्स ऑफ साउंड। तां साउंड्स दी वी टाइप्स होंदियां ने, जिवें कि तुसीं इत्थे टेबल देख रहे हो डिफरेंट साउंड्स दा। तां फर्स्ट जो टाइप है उह है बबल्स दी, जो कि असीं आर्टिकल्स दे विच वी पढ़े सी। सैकेंड टाइप है डिफटोंग्स, तां डिफटोंग्स की हुंदे ने, कॉम्बीनेशनस ऑफ टू वोबल्स, जिस साउंड दे विच असीं टू वोबल्स की वरतों कर रहे हैं उसनूं असीं डिफटोंग्स कहिंदे हाँ। एंड उस तो बाद अनदर टाइप हुंदी है कॉन्सोनेंट, तां कॉन्सोनेंट दे विच असीं वोबल लैटर्स यूज नहीं करते। तां फर्स्टली असीं वोबल्स की गल करते हैं, तां जो साडी इंग्लिश दे अल्फाबैट्स ने उस दे विच ए, ई, आई, ओ ते यू की ने साडे फाइव बबल साउंड करते ने। ठीक है, तां बट एग्जैक्ट दे विच इह की ने 12 साउंड्स ने, इन्हां दे जो कॉम्बीनेशनस ने अगे ओ साडे कोल की ने 12 साउंड्स करते ने, 12 बबल साउंड करते ने। ठीक है, जिवें असीं गल करते हाँ लैटर आई दी, तां लैटर आई दी अगर असीं गल करते हाँ असीं बी आई टी, बिट, बिट दे विच असीं आई नूं यूज कर रहे हैं बाय यूजिंग अ ए वोबल साउंड। ठीक है, बिट, तां इस नूं असीं आई नूं एज ए दे वोबल साउंड लिया है, तां इस नूं असीं की कहा है बिट। उसी तरह अगर असीं डिफटोंग्स की गल करते हाँ तां असीं इस दे विच टू वोबल्स यूज करते हाँ, जां टू वोबल्स दा कॉम्बीनेशन भी कह सकते हाँ, जिवें ओ यू, तां ओ यू दोनों की ने साउंड्स ने साढ़े बॉबल्स के, तो इस कॉम्बीनेशन असी की बनाया हाउस, की बनाया हाउस। तो नैक्सट आ जी अपने को एक होर बहुत वधिया टेबल है जिस दे विच असी डिफरेंट साउंड्स की गल करांगे, तो ये भी बहुत वधिया टेबल दिता होया है सीखन दे लई। तां इस दे विच अगर असी गल करते हैं डबल ई, जदों असी डबल ई साउंड की वरतों करनी है तो वह हिंदी के बड़े ई दे बराबर हुंदा है।
ਤਾਂ ਜਦੋਂ ਅਸੀਂ ਡਬਲ ਈ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਸ ਨੂੰ ਲੌਂਗ ਪ੍ਰੋਨਾਊਨ ਕਰਨਾ ਹੈ। ਜਿਵੇਂ ਆਪਾਂ ਸਲੀਪ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹਨੂੰ ਬੋਲਾਂਗੇ ਸਲੀਪ, ਕੀਪ, ਫੀਲ। ਤਾਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਇਸ ਨੂੰ ਲੌਂਗ ਲੈ ਕੇ ਜਾ ਰਹੇ ਹਾਂ। ਅਗਰ ਅਸੀਂ ਸ਼ੋਰਟ ਆਈ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਜੋ ਸਾਡਾ ਸਾਊਂਡ ਹੈ ਉਹ ਸ਼ੋਰਟ ਹੋਏਗਾ, ਜਿਵੇਂ ਸਲਿਪ, ਡਿਪ, ਫਿਲ। ਓਕੇ, ਤਾਂ ਅਸੀਂ ਇਸ ਦੇ ਵਿੱਚ ਸਾਊਂਡ ਕੀ ਆ, ਸ਼ੋਰਟ ਰੱਖਣਾ ਗਾ। ਅਗਰ ਡਬਲ ਈ ਆ ਰਹੀ ਹੈ ਤਾਂ ਲੌਂਗ ਰੱਖਾਂਗੇ, ਅਗਰ ਆਈ ਲੈ ਕੇ ਆ ਰਹੇ ਹਾਂ ਤਾਂ ਸ਼ੋਰਟ ਸਾਊਂਡ ਕੀ ਹੋਏਗਾ, ਸ਼ੋਰਟ ਹੋਏਗਾ। ਉਸ ਤੋਂ ਬਾਅਦ ਅਗਰ ਸਾਡੇ ਵਰਡ ਦੇ ਵਿੱਚ ਯੂ ਆ ਰਿਹਾ ਹੈ ਤਾਂ ਉਹ ਛੋਟੇ ਊ ਦੇ ਬਰਾਬਰ ਹੋਏਗਾ, ਤਾਂ ਅਸੀਂ ਇਸ ਨੂੰ ਵੀ ਸ਼ੋਰਟ ਪ੍ਰੋਨਾਊਂਸ ਕਰਾਂਗੇ। ਜਿਵੇਂ ਬੁੱਕ, ਤਾਂ ਅਸੀਂ ਇਹਨੂੰ ਬੁੱਕ ਕਹਾਂਗੇ, ਬੂਕ ਨਹੀਂ ਕਹਾਂਗੇ। ਠੀਕ ਹੈ, ਕੀ ਕਹਾਂਗੇ? ਬੁੱਕ। ਉਸੇ ਤਰ੍ਹਾਂ ਪੁੱਟ, ਪੁੱਟ। ਠੀਕ ਹੈ, ਤਾਂ ਉਸ ਅਗਰ ਅਸੀਂ ਇਸਨੂੰ ਲੌਂਗ ਕਰਾਂਗੇ ਤਾਂ ਇਹਦਾ ਮਤਲਬ ਹੀ ਕੁਛ ਹੋਰ ਬਣ ਜਾਏਗਾ, ਜਿਵੇਂ ਬੂਕ, ਫੂਟ, ਫੂਟ, ਤਾਂ ਕਿੰਨਾ ਅਜੀਬ ਲੱਗ ਰਿਹਾ ਹੈਗਾ। ਠੀਕ ਹੈ, ਉਸੇ ਤਰ੍ਹਾਂ ਅਗਰ ਸਾਡੇ ਵਰਡਸ ਦੇ ਵਿੱਚ ਡਬਲ ਓ ਆ ਰਹੀ ਹੈ ਤਾਂ ਉਹ ਬੜੇ ਊ ਦੇ ਬਰਾਬਰ ਹੋਏਗੀ, ਇਸਨੂੰ ਅਸੀਂ ਲੌਂਗ ਸਾਊਂਡ ਪ੍ਰੋਨਾਊਨ ਕਰਾਂਗੇ, ਜਿਵੇਂ ਫੂਟ, ਗਰੁੱਪ, ਟੂ। ਓਕੇ, ਬਾਅਦ ਅਸੀਂ ਡਿਫਟੋਂਗਸ ਦੀ ਗੱਲ ਕਰਦੇ ਹਾਂ, ਜਿਸ ਦੇ ਵਿੱਚ ਦੋ ਸਾਊਂਡਸ ਦਾ ਕੋਂਬੀਨੇਸ਼ਨ ਹੈ, ਜਿਵੇਂ ਈ ਏ, ਤਾਂ ਈ ਏ ਛੋਟੀ ਈ ਪਲੱਸ ਆ, ਤਾਂ ਨੀਅਰ, ਡੀਅਰ, ਹੀਅਰ। ਓਕੇ, ਇਸ ਤਰ੍ਹਾਂ ਦੇ ਕੁਛ ਇਸਦੇ ਸਾਊਂਡ ਹੋਣਗੇ। ਉਸੇ ਤਰ੍ਹਾਂ ਅਗਰ ਏ ਈ ਦੀ ਗੱਲ ਕਰੀਏ ਤਾਂ ਛੋਟੀ ਏ ਬਣੇਗੀ, ਤਾਂ ਲੇਟ, ਕੇਕ, ਗੇਮ। ਐਂਡ ਉਸ ਤੋਂ ਬਾਅਦ ਅਗਰ ਓ ਏ ਹੋਗੀ ਤਾਂ ਛੋਟਾ ਓ, ਜਿਸ 'ਚ ਬੋਟ, ਲੋਨ, ਮੋਸਟ। ਓਕੇ, ਉਸ ਤੋਂ ਬਾਅਦ ਅਗਰ ਓ ਅਤੇ ਯੂ ਦੀ ਗੱਲ ਕਰੀਏ ਤਾਂ ਆ ਅਤੇ ਊ ਦਾ ਸਾਊਂਡ ਆਏਗਾ, ਤਾਂ ਜਿਵੇਂ ਮਾਊਥ, ਕਾਓ, ਕਲਾਊਡ। ਓਕੇ, ਐਂਡ ਉਸਦੇ ਉਲਟ ਅਗਰ ਅਸੀਂ ਕੌਨਸੋਨੈਂਟ ਦੀ ਗੱਲ ਕਰੀਏ ਤਾਂ ਕੌਨਸੋਨੈਂਟ ਦੇ ਵਿੱਚ ਕੀ ਹੋਏਗਾ, ਜੋ ਸਾਡੇ ਕੋਲ ਲੈਟਰਸ ਨੇ ਉਹ ਸੇਮ ਟੂ ਸੇਮ ਉੱਦਾਂ ਹੀ ਪ੍ਰੋਨਾਊਨ ਹੋਣਗੇ, ਜਿਵੇਂ ਪੀ ਹੈ, ਜਿਵੇਂ ਪੀ ਹੈ, ਪੈਨ, ਰਿਪੋਰਟ, ਸਟੋਪ। ਟੀ ਸਾਊਂਡ, ਟ੍ਰੇਨ, ਸਟੋਰੀ, ਪੁੱਟ। ਕੇ ਸਾਊਂਡ, ਬੁੱਕ, ਕੋਲਡ, ਮਿਊਜ਼ਿਕ। ਅਤੇ ਐਲ ਸਾਊਂਡ, ਲੁੱਕ, ਪਲੇਸ, ਸਕੂਲ। ਤਾਂ ਸਟੂਡੈਂਟਸ, ਆਈ ਹੋਪ ਤੁਹਾਨੂੰ ਅੱਜ ਦਾ ਸੈਸ਼ਨ ਵਧੀਆ ਲੱਗਿਆ ਹੋਵੇਗਾ, ਜਿਸ ਦੇ ਵਿੱਚ ਅਸੀਂ ਪ੍ਰੋਨਾਸੀਏਸ਼ਨ ਦੀ ਗੱਲ ਕੀਤੀ। ਤਾਂ ਹੁਣ ਇਸ ਟਾਈਮ ਅਸੀਂ ਫਿਰ ਇੱਕ ਵਾਰ ਇਹਨਾਂ ਦੀ ਰਿਵੀਜ਼ਨ ਕਰ ਲਈਏ, ਤਾਂ ਕਿ ਤੁਹਾਨੂੰ ਯਾਦ ਰਹੇ ਕਿ ਅੱਜ ਅਸੀਂ ਕੀ ਪੜ੍ਹਿਆ। ਤਾਂ ਰਾਜੇ, ਜੋ ਅੱਜ ਦਾ ਆਪਣਾ ਸੈਸ਼ਨ ਸੀ ਉਸਦਾ ਨਾਮ ਸੀ ਪ੍ਰੋਨਾਸੀਏਸ਼ਨ ਬੇਸਿਕ, ਜਿਸ ਦੇ ਵਿੱਚ ਅਸੀਂ ਕੀ ਪੜ੍ਹਿਆ, ਫਸਟ ਆਫ ਆਲ ਅਸੀਂ ਪ੍ਰੋਨਾਸੀਏਸ਼ਨ ਬਾਰੇ ਪੜ੍ਹਿਆ ਕਿ ਇੱਕ ਪ੍ਰੋਨਾਸੀਏਸ਼ਨ ਕੀ ਹੁੰਦੀ ਹੈ, ਐਂਡ ਉਸ ਤੋਂ ਬਾਅਦ ਅਸੀਂ ਉਸਦੀ ਇੰਪੋਰਟੈਂਸ ਪੜ੍ਹੀਆਂ, ਫਿਰ ਫੋਨੈਟਿਕ ਸਾਊਂਡਸ ਬਾਰੇ ਗੱਲ ਕੀਤੀ, ਐਂਡ ਐਂਡ ਦੇ ਵਿੱਚ ਅਸੀਂ ਟਾਈਪਸ ਆਫ ਸਾਊਂਡਸ ਬਾਰੇ ਪੜ੍ਹਿਆ। ਅੱਜ ਦੇ ਸੈਸ਼ਨ ਦਾ ਓਬਜੈਕਟਿਵ ਇਹ ਸੀ ਕਿ ਸਾਨੂੰ ਪਤਾ ਚੱਲੇ ਕਿ ਇੱਕ ਪ੍ਰੋਨਾਸੀਏਸ਼ਨ ਦਾ ਮੀਨਿੰਗ ਕੀ ਹੁੰਦਾ ਹੈ, ਅਤੇ ਅਸੀਂ ਇੰਪੋਰਟੈਂਸ ਪੜ੍ਹੀਆਂ ਕਿ ਅਸੀਂ ਜਦੋਂ ਇੱਕ ਸਹੀ ਵਰਡ ਨੂੰ ਪ੍ਰੋਨਾਊਨ ਕਰਦੇ ਹਾਂ ਤਾਂ ਉਸਦੀਆਂ ਕੀ ਇੰਪੋਰਟੈਂਸ ਨੇ, ਐਂਡ ਉਸ ਤੋਂ ਬਾਅਦ ਅਸੀਂ ਪੜ੍ਹਿਆ ਕਿ ਸਿੰਪਲ ਵਰਡਸ ਨੂੰ ਕਿਵੇਂ ਅਸੀਂ ਕਰੈਕਟਲੀ ਪ੍ਰੋਨਾਊਨ ਕਰਨਾ ਹੈ ਇੰਗਲਿਸ਼ ਲੈਂਗੁਏਜ ਦੇ ਵਿੱਚ। ਐਂਡ ਸਭ ਤੋਂ ਪਹਿਲਾਂ ਅਸੀਂ ਪ੍ਰੋਨਾਸੀਏਸ਼ਨ ਦੀ ਗੱਲ ਕੀਤੀ ਸੀ ਕਿ ਪ੍ਰੋਨਾਸੀਏਸ਼ਨ ਕੀ ਹੁੰਦੀ ਹੈ, ਠੀਕ ਹੈ, ਐਂਡ ਉਸ ਤੋਂ ਬਾਅਦ ਅਸੀਂ ਉਸਦੀਆਂ ਇੰਪੋਰਟੈਂਸ ਪੜ੍ਹੀਆਂ ਸੀ ਕਿ ਅਗਰ ਅਸੀਂ ਇੱਕ ਸ਼ਬਦ ਨੂੰ ਕਰੈਕਟਲੀ ਨਹੀਂ ਬੋਲਦੇ ਤਾਂ ਕਮਿਊਨੀਕੇਸ਼ਨ ਕੀ ਹੋਏਗਾ, ਸਹੀ ਨਹੀਂ ਹੋਵੇਗਾ। ਤਾਂ ਸਾਨੂੰ ਕੀ ਹੋਏਗਾ, ਫਸਟ ਆਫ ਆਲ ਸਾਨੂੰ ਜੋ ਵੀ ਸ਼ਬਦ ਹੈ ਉਸਨੂੰ ਕਰੈਕਟ ਬੋਲਣਾ ਹੈ। ਉਸ ਤੋਂ ਬਾਅਦ ਰਾਜੇ, ਅਸੀਂ ਉਸਦੀ ਇੰਪੋਰਟੈਂਸ ਪੜ੍ਹੀਆਂ ਸੀ ਕਿ ਅਗਰ ਅਸੀਂ ਇੱਕ ਸ਼ਬਦ ਯੂਅਰ ਨੂੰ ਕਿਵੇਂ ਬੋਲਣਾ ਹੈ, ਯੋ ਕਰਕੇ ਬੋਲਣਾ ਹੈ, ਅਤੇ ਸਨ ਅਤੇ ਸਨ ਨੂੰ ਕਿਵੇਂ ਬੋਲਣਾ ਹੈ, ਅਤੇ ਇਹ ਸਾਰੀਆਂ ਸਾਨੂੰ ਪਤਾ ਹੋਣਾ ਚਾਹੀਦਾ ਹੈ। ਕਈ ਵਾਰ ਕੀ ਹੁੰਦਾ ਹੈ ਕਿ ਜੋ ਸਪੈਲਿੰਗ ਹੁੰਦੇ ਨੇ ਡਿਫਰੈਂਟ ਹੁੰਦੇ ਨੇ, ਬਟ ਸਾਊਂਡ ਕੀ ਹੁੰਦੇ ਨੇ, ਉਹਨਾਂ ਦੇ ਸਿਮਿਲਰ ਹੁੰਦੇ ਨੇ। ਉਸ ਤੋਂ ਬਾਅਦ ਆਪਾਂ ਨੇ ਫੋਨੈਟਿਕਸ ਦੀ ਗੱਲ ਕੀਤੀ ਸੀ, ਜੋ ਕਿ ਸਾਊਂਡਸ ਦੇ ਰਿਲੇਟਡ ਹੁੰਦੇ ਨੇ, ਕਿ ਅਸੀਂ ਇੱਕ ਸ਼ਬਦ ਨੂੰ ਕਿਵੇਂ ਬੋਲਣਾ ਹੈ, ਅਤੇ ਅਸੀਂ ਇਸਦੇ ਵਿੱਚ ਜਿਵੇਂ ਕਿ ਇੱਕ ਡੋਗ ਨੂੰ ਪ੍ਰੋਨਾਊਨ ਕੀਤਾ, ਜਿਸ ਦੇ ਵਿੱਚ ਅਸੀਂ 3 ਸਾਊਂਡਸ ਯੂਜ਼ ਕੀਤੇ ਸੀ, ਡੀ, ਓ ਅਤੇ ਗ। ਤਾਂ ਡੋਗ, ਡੀ ਓ ਜੀ ਤੋਂ ਕੀ ਬਣਿਆ, ਡੋਗ। ਐਂਡ ਉਸ ਤੋਂ ਬਾਅਦ ਅਸੀਂ ਫੋਨੈਟਿਕਸ ਟੇਬਲਸ ਪੜ੍ਹੇ ਸੀ ਕਿ ਇੱਕ ਏ ਦਾ ਸਾਊਂਡ ਕੀ ਹੈ, ਆ ਦਾ ਕੀ ਹੈ, ਅਤੇ ਓ ਦਾ ਕੀ ਹੈ। ਐਂਡ ਉਸ ਤੋਂ ਬਾਅਦ ਅਸੀਂ ਟਾਈਪਸ ਆਫ ਸਾਊਂਡਸ ਦੀ ਗੱਲ ਕੀਤੀਆਂ ਸੀ, ਜਿਸ ਦੇ ਵਿੱਚ 3 ਟਾਈਪ ਸੀ, ਫਸਟ ਬਬਲ ਸੀ, ਫਿਰ ਡਿਫਨੋਟੋਂਗ ਸੀ, ਅਤੇ ਫਿਰ ਕੌਨਸੋਨੈਂਟ ਸੀ।
एंड उस तो बाद असी एक टेबल पढ़िया सी वोवल साउंड्स का, जिस दे विच असी लोंग ई नू किवें प्रोनाउन करना है, शॉर्ट आई नू, शॉर्ट यू या लोंग ऊ नू किवें प्रोनाउन करना है। ता स्टूडेंट्स आई होप थोनू अज दा सैशन बहुत पसंद आया होवेगा, जो कि बहुत ही ज़्यादा इंटरस्टिंग सी ते यूनिक भी सी। ता आई होप तुसी अपने घर की करोगे इसकी प्रैक्टिस करोगे। अगर तुसी होर भी प्रैक्टिस करना चाहते हो तो तुसी अपने फोन दे विच कोई भी प्रोनंसिएशन दी ऐप नू इंस्टॉल कर सकते हो, एंड जो भी तुसी कोई पैराग्राफ रीड करते हो या तुसी कुछ न्यूज़पेपर रीड कर रहे हो तो तुसी अगर किसी शब्द नू चंगे तरीके नाल नहीं बोल सकते तो उस ऐप दे विच तुसी टाइप करके उसकी प्रोनंसिएशन नू सीख सकते हो। स्टूडेंट्स नेक्स्ट सैशन दे विच फिर मिलांगे। बाय बाय, टेक केयर, हैव ए नाइस डे।